22 ਜਨਵਰੀ ਨੂੰ ਸਾਰੇ ਠੇਕੇ ਬੰਦ ਰਹਿਣਗੇ। ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 22 ਜਨਵਰੀ ਨੂੰ ਸਾਰੇ ਠੇਕੇ ਬੰਦ ਰਹਿਣਗੇ, ਕੋਈ ਵੀ ਠੇਕਾ ਨਹੀਂ ਖੁੱਲ੍ਹੇਗਾ। ਸੀਐਮ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਸੀਐਮ ਦੇ ਵੱਲੋਂ 22 ਜਨਵਰੀ ਨੂੰ ਡਰਾਈ ਡੇ ਦਾ ਐਲਾਨ ਕਰ ਦਿੱਤਾ ਗਿਆ ਹੈ। 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਏਗੀ, ਉਸ ਪ੍ਰੋਗਰਾਮ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ। ਤਾਂ ਸੀਐਮ ਖੱਟਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ 22 ਜਨਵਰੀ ਨੂੰ ਕਿਸੇ ਵੀ ਤਰ੍ਹਾਂ ਦੇ ਮਾਸ ਮਦਰਾ ਦਾ ਸੇਵਨ ਨਹੀਂ ਹੋਏਗਾ। ਕਿਸੇ ਵੀ ਤਰ੍ਹਾਂ ਦਾ ਜੋ ਲੋਕ ਅਜਿਹਾ ਕਰਨਗੇ ਉਹਨਾਂ ਨੂੰ ਸਖ਼ਤ ਕਹਿ ਦਿੱਤਾ ਗਿਆ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। ਆਮ ਜਨਤਾ ਨੂੰ ਵੀ ਕਹਿ ਦਿੱਤਾ, ਅਪੀਲ ਕੀਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਵੀ ਮਾਸ ਮਦਰਾ ਦਾ ਸੇਵਨ ਨਾ ਕੀਤਾ ਜਾਏ। ਠੇਕੇ ਬਿਲਕੁਲ ਪੂਰਨ ਤੌਰ 'ਤੇ 22 ਜਨਵਰੀ ਨੂੰ ਸਾਰੇ ਹਰਿਆਣਾ ਦੇ ਵਿੱਚ ਬੰਦ ਰਹਿਣਗੇ। ਤਾਂ ਦੱਸ ਦਈਏ ਕਿ ਸਕੂਲਾਂ ਦੇ ਵਿੱਚ ਵੀ ਲਾਈਵ ਟੈਲੀਕਾਸਟ ਦਿਖਾਇਆ ਜਾਏਗਾ। ਅਯੋਧਿਆ ਦੇ ਵਿੱਚ ਸ਼੍ਰੀ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਦਿਨ ਹਰਿਆਣਾ ਦੇ ਵਿੱਚ ਇਹ ਡਰਾਈ ਡੇ ਰਹੇਗਾ। ਸੀਐਮ ਮਨੋਹਰ ਲਾਲ ਨੇ ਇਸ ਦੀ ਘੋਸ਼ਣਾ ਕਰਦੇ ਹੋਏ ਸੂਬੇ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿਣ ਦੀ ਵੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ 2 ਘੰਟੇ ਦੇ ਲਈ ਇਹ ਜੋ ਪ੍ਰੋਗਰਾਮ ਹੈ ਉਸਦਾ ਲਾਈਵ ਟੈਲੀਕਾਸਟ ਕੀਤਾ ਜਾਏਗਾ। ਉੱਥੇ ਦੱਸ ਦਈਏ ਕਿ ਸੋਮਵਾਰ ਦੀ ਗੱਲ ਕੀਤੀ ਜਾਏ ਤਾਂ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੰਬਾਲਾ ਦੇ ਸ਼ਿਵ ਮੰਦਰ ਦੇ ਵਿੱਚ ਪੋਚਾ ਵੀ ਲਗਾਇਆ। ਸ਼ਾਸਤਰੀ ਕਲੋਨੀ ਦੇ ਮੰਦਰ ਦੇ ਵਿੱਚ ਸਫਾਈ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਵੀ ਮੰਦਰਾਂ ਦੇ ਵਿੱਚ ਸਾਫ਼ ਸਫਾਈ ਕਰਨ ਅਤੇ ਮਾਸ ਮਦਰਾ ਤੋਂ ਦੂਰ ਰਹਿਣ ਦੇ ਲਈ ਕਿਹਾ। ਉੱਥੇ ਜੇਕਰ ਸੀਐਮ ਖੱਟਰ ਦੀ ਗੱਲ ਕੀਤੀ ਜਾਏ ਤਾਂ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨਿਵਾਸ 'ਤੇ ਉਹਨਾਂ ਦੇ ਵੱਲੋਂ ਕੱਲ੍ਹ ਸ਼ਾਮ ਨੂੰ ਭਜਨ ਸੰਧਿਆ ਵੀ ਕਰਵਾਈ ਗਈ, ਜਿਸ ਦੇ ਵਿੱਚ ਸੀਐਮ ਮਨੋਹਰ ਲਾਲ ਨੇ ਵੀ ਚੰਦਨ ਹੈ ਇਸ ਦੇਸ਼ ਕੀ ਮਾਟੀ ਤਪੋ ਭੂਮੀ ਹਰ ਗ੍ਰਾਮ ਹੈ ਇਹ ਭਜਨ ਵੀ ਗਾਇਆ। ਅਤੇ ਨਾਲ ਦੀ ਨਾਲ ਉਹਨਾਂ ਨੇ ਇਸਦਾ ਐਲਾਨ ਵੀ ਕੀਤਾ ਕਿ 22 ਜਨਵਰੀ ਨੂੰ ਕੋਈ ਵੀ ਮਾਸ ਮੰਦਰਾਂ ਨੂੰ ਜੋ ਛੂਏ ਤੱਕ ਨਾ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਸ਼ਿਵਾਲਿਆਂ ਦੇ ਵਿੱਚ ਅਤੇ ਗੁਰਦੁਆਰਿਆਂ ਦੇ ਵਿੱਚ ਸਵੇਰ ਸ਼ਾਮ ਸਾਫ਼ ਸਫਾਈ ਕਰਨ ਦਾ ਵੀ ਕਿਹਾ। ਤਾਂ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਤੱਕ ਕਿਸੇ ਵੀ ਤਰ੍ਹਾਂ ਦਾ ਮਾਸ ਮਦਰਾ ਨਾ ਖਾਇਆ ਜਾਵੇ, ਸਾਤਵਿਕ ਭੋਜਨ ਕੀਤਾ ਜਾਏ। ਸਾਤਵਿਕ ਭੋਜਨ ਕਰਨ ਦੇ ਨਾਲ ਸਾਤਵਿਕ ਮਾਹੌਲ ਬਣਦਾ ਹੈ ਅਤੇ ਚੰਗੇ ਵਿਚਾਰ ਆਉਂਦੇ ਨੇ। ਅਜਿਹਾ ਜੋ ਹੈ ਸੀਐਮ ਖੱਟਰ ਦੇ ਵੱਲੋਂ ਕਿਹਾ ਗਿਆ, ਯਾਨੀ ਕਿ 22 ਜਨਵਰੀ ਨੂੰ ਪੂਰਨ ਤੌਰ 'ਤੇ ਠੇਕੇ ਬੰਦ ਰਹਿਣਗੇ। 22 ਜਨਵਰੀ ਨੂੰ ਸਾਰੇ ਠੇਕੇ ਬੰਦ ਰਹਿਣਗੇ। ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 22 ਜਨਵਰੀ ਨੂੰ ਸਾਰੇ ਠੇਕੇ ਬੰਦ ਰਹਿਣਗੇ, ਕੋਈ ਵੀ ਠੇਕਾ ਨਹੀਂ ਖੁੱਲ੍ਹੇਗਾ। ਸੀਐਮ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਸੀਐਮ ਦੇ ਵੱਲੋਂ 22 ਜਨਵਰੀ ਨੂੰ ਡਰਾਈ ਡੇ ਦਾ ਐਲਾਨ ਕਰ ਦਿੱਤਾ ਗਿਆ ਹੈ। 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਏਗੀ, ਉਸ ਪ੍ਰੋਗਰਾਮ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ। ਤਾਂ ਸੀਐਮ ਖੱਟਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ 22 ਜਨਵਰੀ ਨੂੰ ਕਿਸੇ ਵੀ ਤਰ੍ਹਾਂ ਦੇ ਮਾਸ ਮਦਰਾ ਦਾ ਸੇਵਨ ਨਹੀਂ ਹੋਏਗਾ। ਕਿਸੇ ਵੀ ਤਰ੍ਹਾਂ ਦਾ ਜੋ ਲੋਕ ਅਜਿਹਾ ਕਰਨਗੇ ਉਹਨਾਂ ਨੂੰ ਸਖ਼ਤ ਕਹਿ ਦਿੱਤਾ ਗਿਆ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। ਆਮ ਜਿਸੇ ਹੋਗਾ ਗਿਆਨ ਵਹੀ ਕਰੇਗਾ ਸਮਾਧਾਨ, ਹਮ ਕਹਤੇ ਨਹੀਂ ਕਰਕੇ ਦਿਖਾਤੇ ਹੈ, ਹਮਸੇ ਪਹਿਲੇ ਕਾਮ ਕਰਨੇ ਵਾਲੇ ਕੋ ਮੂੰਹ ਮਾਂਗਾ ਇਨਾਮ, ਦੁਆ ਤਾਵੀਜ਼ੋ ਦੁਆਰਾ ਕੀਆ ਕਰਾਇਆ, ਘਰ ਮੇ ਖੂਨ ਕੇ ਛੀਟੇ ਆਨਾ, ਚੰਦ ਮਿੰਟੋ ਮੇ ਖਤਮ ਡਰੈ ਕਲੇਸ਼, ਕਾਮ ਕਾਰੋਬਾਰ ਮੇ ਬੰਦਿਸ਼, ਮਨਚਾਹੀ ਸ਼ਾਦੀ ਮੇ ਰੁਕਾਵਟ, ਸੌਤਨ ਦੁਸ਼ਮਨ ਸੇ ਛੁਟਕਾਰਾ, ਸੰਤਾਨ ਕਾ ਨਾ ਹੋਣਾ ਯਾ ਹੋਕਰ ਮਰ ਜਾਣਾ, ਪਿਆਰ ਮੇ ਧੋਖਾ ਖਾ ਚੁਕੇ ਪ੍ਰੇਮੀ ਪ੍ਰੇਮਿਕਾ, ਇੱਕ ਬਾਰ ਫੋਨ ਅਵਸ਼ਯ ਕਰੇ।